ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੂਰਾ ਸੋ ਪਹਿਚਾਨੀ ਹੈ ਡੋਲਰੈ ਦੀਨ ਕੇਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ ਅਨਯਥਾ ਸ਼ਰਨ ਨਾਸਤੀ ਤੁਮੇਵ ਸ਼ਰਨ ਮਮ ਤਸਮਾਤ ਕਾਰਣੈ ਭਾਵੇਨ ਰਕਸ਼ਮਾ ਪਰਮੇਸ਼ਵਰ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਅਤੇ ਸਮੁੱਚਾ ਖਾਲਸਾ ਪੰਥ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕਰਕੇ ਸਮੁੱਚਾ ਖਾਲਸਾ ਪੰਥ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਸ ਮਹਾਨ ਸ਼ਹੀਦਾਂ ਦੀ ਪੰਥਕ ਇਕੱਤਰਤਾ ਦੇ ਵਿੱਚ ਆਪ ਸੰਗਤ ਰੂਪ ਵਿੱਚ ਹਾਜ਼ਰੀਆਂ ਭਰ ਰਹੇ ਹੋ। ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਹਉ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਅੱਜ ਤੋਂ 314 ਸਾਲ ਪਹਿਲਾਂ ਦਸਮ ਪਿਤਾ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਧਰਤੀ ਉੱਤੇ ਪੰਜਾਂ ਸਿੰਘਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜ੍ਹੇ ਕਰਕੇ ਜਿਨ੍ਹਾਂ ਵਿੱਚ ਪੰਜਾਂ ਪਿਆਰਿਆਂ ਵਿੱਚੋਂ ਪਿਆਰੇ ਧਰਮ ਸਿੰਘ ਜੀ ਔਰ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਅਮਰ ਸ਼ਹੀਦ ਸਿੰਘ ਸਾਹਿਬ ਮਹਾਂਪੁਰਖ ਬਾਬਾ ਦੀਪ ਸਿੰਘ ਜੀ ਔਰ ਤੀਸਰੇ ਔਰ ਦਮਦਮੀ ਟਕਸਾਲ ਦੇ ਦੂਸਰੇ ਮੁਖੀ ਅਮਰ ਸ਼ਹੀਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਅਮਰ ਸ਼ਹੀਦ ਧੰਨ ਬਾਬਾ ਗੁਰਬਖਸ਼ ਸਿੰਘ ਜੀ ਔਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਜਿਨ੍ਹਾਂ ਨੂੰ ਪਹਿਲੇ ਜਥੇਦਾਰ ਥਾਪਿਆ ਸਤਿਕਾਰਯੋਗ ਸਨਮਾਨਯੋਗ ਸਿੰਘ ਸਾਹਿਬ ਭਾਈ ਸੰਤੋਖ ਸਿੰਘ ਜੀ ਔਰ ਸਤਿਗੁਰੂ ਜੀ ਦੀ ਰੋਜ਼ਾਨਾ ਡਾਇਰੀ ਸਤਿਗੁਰੂ ਜੀ ਦੇ ਕੌਤਕ ਲਿਖਣ ਵਾਲੇ ਮਹਾਨ ਗੁਰਸਿੱਖ ਪੰਜਵੇਂ ਭਾਈ ਹਰ ਸਿੰਘ ਜੀ ਇਹਨਾਂ ਪੰਜਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜ੍ਹੇ ਕਰਕੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਚੌਰ ਬਰਦਾਰ ਦੀ ਸੇਵਾ ਬਖਸ਼ਿਸ਼ ਕਰਕੇ ਹਜ਼ੂਰ ਨੇ 1765 ਬਿਕਰਮੀ ਕੱਤਕ ਸੁਦੀ ਦੂਜ ਔਰ 1708 ਈਸਵੀ ਨੂੰ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਜੀ ਨੇ ਇਹ ਬਚਨ ਆਪਣੇ ਮੁਖਾਰਬਿੰਦ ਤੋਂ ਦੁਹਰਾਉਂਦਿਆਂ ਹੋਇਆਂ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਿਓ ਚਹੈ ਖੋਜ ਸ਼ਬਦ ਮੈਂ ਲੇਹੇ। ਇਹ ਬਚਨਾਂ ਨੂੰ ਸਾਕਾਰ ਕਰਦਿਆਂ ਹਜ਼ੂਰ ਨੇ 5 ਪੈਸੇ ਅਤੇ ਨਾਰੀਅਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਕੇ ਗਿਆਨੀ ਗਿਆਨ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ ਹੈ, ਪੈਸੇ ਪੰਚ ਨਰੇਲ ਗੁਰ ਅਗਰ ਟਕਾਇਓ ਕਰ ਪ੍ਰਕਰਮਾ ਗੁਰੂ ਜੀ ਸਿਰ ਅਗਰ ਝੁਕਾਇਓ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਮੇਸ਼ਾ ਹਮੇਸ਼ਾ ਲਈ ਦੇਹਧਾਰੀ ਗੁਰੂ ਪਰੰਪਰਾ ਔਰ ਦੇਹਧਾਰੀ ਦੇਹੀ ਨੂੰ ਗੁਰੂ ਮੰਨਣ ਵਾਲੀ ਇਸ ਪਰੰਪਰਾ 'ਤੇ
पक्के तौर ते रोक ला के आप जी ने शब्द गुर पीरा गहर गंभीरा बिन शब्द है जग बहरानंग साडे सतगुरु धन श्री गुरु ग्रंथ साहिब सच्चे पातशाह जी नूं गुरता गद्दी बख्शिश कीती है। भाई साहब भाई नंद लाल सिंह जी का बड़ा सुंदर फरमान है, जो सिख गुर दर्शन की चाहे दर्शन करे ग्रंथ जी आहे। भाई नंद लाल सिंह जी ने दशमेश पिता जी नूं श्री आनंदपुर साहब ये बेनती की सी कि महाराज तुहाडे दर्शन दसां सरूपां दे दर्शन कितों हो सकते हैं। तो सतगुरु जी ने वचन किए सन कि साडे तो उपरंत जिस सिख ने दसां पातशाहियां दे दर्शन करने है वह धन श्री गुरु ग्रंथ साहिब जी दे दर्शन करके उन्हां दे अगे नमस्कार करे और उस सिख नूं श्री गुरु ग्रंथ साहिब जी दे सरूप विच्चों दस गुरु साहिबाना दे दर्शन करन दा फल प्राप्त होएगा। जो सिख सानू कुछ अर्पित करना चाहुंदा वो श्री गुरु ग्रंथ साहिब जी अगे भेटा करे। जो दुनिया दे विच धर्म अर्थ काम मोख पदार्थ की इच्छा रखता है वो श्री गुरु ग्रंथ साहिब जी अगे अरदास करे, उस नूं लोक और परलोक दे सारे पदार्थ इस दर तो प्राप्त होणगे। सो खालसा जी, पिऊ दादे का खोल डिठा खजाना ता मेरा मन भया नदाना। जे श्री गुरु ग्रंथ साहिब जी की आदि बीड धन श्री गुरु अर्जन देव जी ने सचखंड श्री हरिमंदर साहिब विखे 1661 बिक्रमी भादर सुभादनों सुधी एकम नूं श्री गुरु ग्रंथ साहिब जी का सचखंड श्री हरिमंदर साहिब विखे प्रकाश करके हमेशा लिए प्रकाशमान सतगुरु जी नूं कर दिता, उसे श्री गुरु ग्रंथ साहिब जी नूं अज दे दिन मेरे सतगुरु धन श्री गुरु गोबिंद सिंह साहब जी ने गुरता गद्दी की दात बख्शी है। आप संगतां नूं सतगुरां दे गुरता गद्दी गुरपुरब की लख लख वधाई होवे। दूसरा, अज तो 100 साल पहला जो एक ऐसा विलखण साका इस धरती दे उत्ते होया, जिमें दास तो पहला पंथ दे प्रसिद्ध विद्वान महान गुरमुख आत्मा सत्कार जो ज्ञानी पिंदरपाल सिंह जी ने तुहानू बहुत भावपूर्त विस्थार पूर्वक पंजा साहब दा ननकाणा साहब दे साके दा सारा इतिहास तुहाडे अगे मूर्तिमान कीता, उस दे विस्थार विच मैं बहुता नहीं जाना चाहुंदा, पर तानो गुरु के सिखो संगतां सन जिन्हां ने गुरु कीआं संगतां नूं लंगर छकाउण वास्ते गुरु परंपरावां उत्ते पहरा दिंदिआं होइआं अपने तन दी मन दी शरीर दी धन पदार्थ दी परवाह ना करदिआं सतगुरु जी दीआं इन्हां पंगतियां नूं अमली जामा पहनाया। सतगुर आगे सीस भेट दिओ जे सतगुर साचे भावै। सिख अपना सिर भी गुरु नूं भेटा कर दिंदा जे गुरु दी सिख नूं प्रसन्नता प्राप्त हो जाए। अमर शहीद भाई मनी सिंह जी ने बड़ा सुंदर लिखिया है, तन गंदगी दी कोठड़ी हर हीरियां दी खान जे सिर दित्या हर मिले तां भी सस्ता जान। देही किसकी वापरी सिखी जे साबित होए दे तो आवन जान है सिखी लभै कब कोए। भाई साहब कहिंदे देह नूं सिख गंदगी दी कोठड़ी जानदा होया इस दा त्याग करन लग्या एक सकिंट भी नहीं लाउंदा, अपना सिर अपना तन गुरु दी प्रसन्नता लई गुरु दी प्राप्ति लई निशावर करन लग्या सिख एक सकिंट भी नहीं लाउंदा, तत्काल अपना सिर गुरु दे अगे भेटा कर दिंदा। जिवें साडे कोले हमेशा लई एक बड़ी सुंदर
ਇਤਿਹਾਸਕ ਉਹ ਘਟਨਾ ਜਦੋਂ ਧੰਨ ਬਾਬਾ ਦੀਪ ਸਿੰਘ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਸ ਪਾਵਨ ਗੁਰ ਅਸਥਾਨ ਦੀ ਖਾਤਰ ਆਪਣਾ ਸੀਸ ਤਲੀ 'ਤੇ ਰੱਖ ਕੇ ਸਵਾ 5 ਕੋਹ ਦਾ ਪੈਂਡਾ ਤੈਅ ਕਰਕੇ ਇੱਥੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟ ਕੀਤਾ। ਕਿੰਨੀਆਂ ਵੱਡੀਆਂ ਉਹਨਾਂ ਗੁਰਸਿੱਖਾਂ ਦੀਆਂ ਉਦਾਹਰਣਾਂ ਹਨ, ਉਹਨਾਂ ਮਹਾਂਪੁਰਖਾਂ ਗੁਰਸਿੱਖਾਂ ਦੇ ਪੂਰਨਿਆਂ 'ਤੇ ਟੱਲ ਕੇ ਸਾਡੇ ਇਹ ਮਹਾਨ ਗੁਰਸਿੱਖ ਸ਼ਹੀਦ ਭਾਈ ਕਰਮ ਸਿੰਘ ਜੀ, ਸ਼ਹੀਦ ਭਾਈ ਪ੍ਰਤਾਪ ਸਿੰਘ ਜੀ, ਜਿਨ੍ਹਾਂ ਨੇ ਆਪਣਾ ਤਨ ਨਿਸ਼ਾਵਰ ਕਰਦਿਆਂ ਹੋਇਆਂ ਐਡਾ ਵੱਡਾ ਸਿਦਕ, ਐਡੀ ਵੱਡੀ ਅਡੋਲਤਾ, ਆਪਣੇ ਪਰਿਵਾਰਾਂ ਤੱਕ ਇਹ ਗੱਲ ਕਹਿ ਦੇਣੀ ਕਿ ਸਾਡੇ ਸ਼ਹੀਦੀ ਪਾਉਣ ਤੋਂ ਬਾਅਦ ਅੱਖਾਂ 'ਚੋਂ ਹੰਝੂ ਨਹੀਂ ਕੇਰਨਾ, ਔਰ ਵੇਖਿਓ ਕਿਤੇ ਜਿਹੜੇ ਬੰਦੀ ਸਿੱਖ ਜਿਨ੍ਹਾਂ ਨੂੰ ਅਟਕ ਵਿਖੇ ਜੇਲ੍ਹ ਵਿੱਚ ਨਿਰਬੰਧ ਕਰਨ ਵਾਸਤੇ ਲਿਜਾਇਆ ਜਾ ਰਿਹਾ, ਉਹਨਾਂ ਦੀ ਸੇਵਾ ਨਾ, ਉਹਨਾਂ ਦੀ ਸੇਵਾ ਵਿੱਚ ਕੋਈ ਕਮੀ ਨਾ ਰਹਿ ਜਾਏ। ਜੇ ਸਾਡੀ ਪ੍ਰਸੰਨਤਾ ਲੈਣੀ ਹੈ ਤਾਂ ਪਹਿਲਾਂ ਉਹਨਾਂ ਸਿੰਘਾਂ ਨੂੰ, ਉਹਨਾਂ ਬੰਦੀ ਗੁਰੂ ਕੇ ਸਿੱਖਾਂ ਨੂੰ, ਗੁਰੂ ਕੇ ਲਾਲਾਂ ਨੂੰ ਲੰਗਰ ਛਕਾਉਣਾ, ਬਾਅਦ ਵਿੱਚ ਸਾਡਾ ਸੰਸਕਾਰ ਕਰਨਾ। ਐਡਾ ਵੱਡਾ ਸਿਦਕ, ਐਡਾ ਵੱਡਾ ਸਿੱਖੀ ਦਾ ਜਜ਼ਬਾ, ਐਡਾ ਵੱਡਾ ਗੁਰੂ 'ਤੇ ਦ੍ਰਿੜ ਭਰੋਸਾ ਜੇ ਦੁਨੀਆ ਵਿੱਚ ਵੇਖਿਆ ਜਾ ਸਕਦਾ ਹੈ ਤਾਂ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਾਜੇ ਸਿੱਖ ਪੰਥ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਜੇ ਹੋਏ ਖਾਲਸਾ ਪੰਥ ਵਿੱਚ ਹੀ ਨਜ਼ਰ ਆਉਂਦਾ ਹੈ। ਨਹੀਂ ਤਾਂ ਦੁਨੀਆ ਵਿੱਚ ਐਸੀ ਉਦਾਹਰਣ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਜੋ ਸਿੱਖਾਂ ਨੇ ਇਤਿਹਾਸ ਸਿਰਜਿਆ ਉਹ ਇੱਕ ਦੁਨੀਆ ਵਿੱਚ ਵਿਲੱਖਣ ਇਤਿਹਾਸ ਹੈ। ਸਿੱਖਾਂ ਨੇ ਇਤਿਹਾਸ ਬਣਾਉਣ ਲਈ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਔਰ ਇਤਿਹਾਸ ਸਿਰਜਿਆ, ਔਰ ਇਤਿਹਾਸ ਇਕੱਲਾ ਸਿਰਜਿਆ ਹੀ ਨਹੀਂ, ਸਿੱਖਾਂ ਨੇ ਉਸ ਇਤਿਹਾਸ ਦੇ ਹਰ ਕਦਮ ਉੱਤੇ ਪਹਿਰਾ ਵੀ ਦਿੱਤਾ। ਸੋ ਖਾਲਸਾ ਜੀ, ਆਪਾਂ ਇਸੇ ਮਹਾਨ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਬੈਠੇ ਹਾਂ। ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਦਾ ਜੋ ਅਜੋਕਾ ਵਰਤਮਾਨ ਸਮਾਂ ਹੈ, ਇਹ ਸਮੇਂ ਦੇ ਵਿੱਚ ਵੀ ਗੁਰੂ ਕੇ ਖਾਲਸਾ ਪੰਥ ਨੂੰ, ਸਾਡੀਆਂ ਮਾਣ ਮੱਤੀਆਂ ਪਰੰਪਰਾਵਾਂ ਨੂੰ, ਸਾਡੇ ਇਤਿਹਾਸ ਨੂੰ, ਗੁਰੂ ਕੀ ਬਾਣੀ ਨੂੰ ਚੁਣੌਤੀ ਦੇਣ ਵਾਲੀਆਂ ਦੁਸ਼ਮਣ ਵਿਰੋਧੀ ਸ਼ਕਤੀਆਂ ਨੇ ਬਹੁਤ ਵੱਡਾ ਜਾਲ ਵਿਛਾਇਆ ਹੋਇਆ ਹੈ। ਔਰ ਆਏ ਦਿਨ ਸਿੱਖ ਪੰਥ ਉੱਤੇ ਬੜੇ ਗੰਭੀਰ ਹਮਲੇ ਕੀਤੇ ਜਾ ਰਹੇ ਹੈ। ਮੈਂ ਸਮੁੱਚੀ ਦੁਨੀਆ ਭਰ ਵਿੱਚ ਬੈਠੀ ਸਿੱਖ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਸ਼ਹੀਦਾਂ ਨੇ ਗੁਰੂ ਪਰੰਪਰਾਵਾਂ ਉੱਤੇ ਪਹਿਰਾ ਦਿੰਦੇ ਆਪਣੇ ਤਨ ਨਿਸ਼ਾਵਰ ਕਰ ਦਿੱਤੇ, ਆਪਾਂ ਉਹਨਾਂ ਸ਼ਹੀਦਾਂ ਦੇ ਵਾਰਸ ਹਾਂ। ਸਾਡਾ ਫਰਜ਼ ਬਣਦਾ ਹੈ ਕਿ ਇਹ ਸਮੇਂ ਦੀ ਜੋ ਪਦਾਰਥਵਾਦੀ ਸੋਚ ਹੈ ਉਸ ਨੂੰ ਆਪਣੇ ਉੱਤੇ ਭਾਰੂ ਨਾ ਹੋਣ ਦਈਏ, ਔਰ ਦੁਸ਼ਮਣ ਦੀਆਂ ਚਾਲਾਂ ਦਾ ਅਸੀਂ ਸ਼ਿਕਾਰ ਨਾ ਹੋਈਏ। ਅਸੀਂ ਸਾਰੇ ਇੱਕਜੁੱਟ ਹੋ ਕੇ, ਸਾਡੇ ਉੱਤੇ ਕਿੱਡੀ ਵੱਡੀ ਬਖਸ਼ਿਸ਼ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿ ਸਿੱਖ ਪੰਥ ਨੂੰ ਇੱਕ ਮਹਾਨ ਮਰਕਜ਼ ਸ਼੍ਰੀ ਅਕਾਲ ਤਖਤ ਸਾਹਿਬ ਔਰ ਨਾਲ 4 ਤਖਤ ਸਾਨੂੰ ਬਖਸ਼ੇ ਹੈ। ਸਾਡੇ ਕੋਲ ਉਹ ਮਹਾਨ ਤਖਤ ਹੈ ਜਿਸ ਤਖਤ ਨੇ ਦੁਨੀਆ ਦੀਆਂ ਸਲਤਨਤਾਂ ਦੇ ਨਾਲ ਮੱਥੇ ਲਾਏ ਹੈ, ਔਰ ਜਿਸ ਤਖਤ ਨੇ ਜ਼ੁਲਮੀ ਰਾਜ ਦੀਆਂ, ਜ਼ੁਲਮੀ ਤਖਤਾਂ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰ ਵਿੱਚ ਸਿੱਟੀਆਂ। ਉਹ ਮਹਾਨ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਹਿੱਸੇ ਹੈ। ਇਸ ਲਈ ਐਡਾ ਵੱਡਾ ਇਤਿਹਾਸ ਔਰ ਐਡੇ ਵੱਡੇ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ, ਜਿਨ੍ਹਾਂ ਵਿੱਚ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, 4 ਵਰਨਾਂ ਕੋ ਸਾਂਝਾ, 4 ਵਰਨ, ਮੁਸਲਮਾਨ ਧਰਮ, ਹਿੰਦੂ ਧਰਮ, ਜਿੰਨੇ ਵੀ ਦੁਨੀਆ ਦੇ ਧਰਮ ਹੈ, ਹਰ ਧਰਮ ਨੂੰ ਸਤਿਗੁਰੂ ਨੇ ਗਲਵਕੜੀ ਵਿੱਚ ਲਿਆ। ਕਿਸੇ ਦਾਨਸ਼ਵਰ ਦਾ ਇਹ ਕਥਨ ਹੈ,
कि जदों दुनिया दा सारी दा एक समा ऐसा आएगा कि सारी दुनिया दा एक सांझा धर्म जदों होएगा उस वक्त सारे धर्मां दा गुरु सारे धर्मां दी अगवाई धन श्री गुरु ग्रंथ साहब जी करनगे। सो खालसा जी एडे वड्डे महान सतगुरु दे सानू लड़ लाया होवे और अज असी एडे वड्डे सतगुरु दा दर छड के सच्चा सतगुरु छड के मनमुख होए बंदे दा बंदा बंदियां दे गुलाम आ जिहड़े फोके झूठे दावे करके और एक किस्म दा पखंड फैला के दुनिया विच षडयंत्र रच के जादू अते कड़ा मातां दिखाउण दे थोथे दावे करदे ऐ जे सिख उहनां दे दरां ते जांदे ऐ ਤਾਂ ਸਮਝ ਲਓ ਇਸ ਤੋਂ ਵੱਡੀ ਨਮੋਸ਼ੀ ਸਾਡੇ ਲਈ ਹੋਰ ਕੋਈ ਨਹੀਂ ਹੋ ਸਕਦੀ। ਮੈਂ ਇਹ ਬੇਨਤੀ ਕਰਦਾ ਦੁਨੀਆਂ ਵਿੱਚ ਹਰ ਮਨੁੱਖ ਤੇ ਦੁੱਖ ਸੁੱਖ ਆਉਂਦਾ ਹੈ, ਸਰੀਰ ਦਾ ਧਰਮ ਹੈ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਦੁੱਖ ਵੀ ਆਉਣਾ ਸੁੱਖ ਵੀ ਆਉਣਾ। ਜੇ ਸਾਡੇ ਅੰਦਰ ਸੁੱਖਾਂ ਦੀ ਲਾਲਸਾ ਹੈ ਫਿਰ ਅਸੀਂ ਬੰਦਿਆਂ ਦੇ ਬਣਾਏ ਹੋਏ ਜਾਲ ਦੇ ਵਿੱਚ ਫਸ ਕੇ ਦੁਨੀਆਂ ਦੇ ਮਗਰ ਲੱਗ ਕੇ ਕਿਉਂ ਆਪਣਾ ਦੀਨ ਗਵਾ ਰਹੇ ਹੈ, ਦੁਨੀਆਂ ਦੇ ਸੁੱਖ ਲੈਣੇ ਹੈ। ਜੇ ਇੱਛਾ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਦੁਨੀਆਂ ਦੇ ਸੁੱਖ ਲੈਣੇ ਹੈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆ ਕੇ ਸਤਿਗੁਰਾਂ ਦੇ ਦਰਸ਼ਨ ਕਰੋ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੋ। ਸਨਮਾਨਯੋਗ ਸਿੰਘ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਦੋਂ ਦਰਸ਼ਨ ਕਰਕੇ ਅਸੀਂ ਆ ਰਹੇ ਸੀ ਉਦੋਂ ਇਹ ਗੱਲ ਕਹਿ ਰਹੇ ਸਨ, ਮੇਰੇ ਨਾਲ ਵਿਚਾਰ ਸਾਂਝੇ ਕਰ ਰਹੇ ਸਨ ਕਿ ਕਿੰਨੀ ਸੰਗਤ ਆਈ ਹੈ ਪਰ ਇਸ਼ਨਾਨ ਕਰਨ ਵਾਲਿਆਂ ਦੀ ਘੱਟ ਗਿਣਤੀ ਹੈ। ਸਿੰਘ ਸਾਹਿਬ ਜੀ ਨੇ ਇਹ ਆਪਣੇ ਵੱਲੋਂ ਪ੍ਰੇਰਨਾ ਦਿੱਤੀ ਹੈ। ਤਖਤ ਦੇ ਜਥੇਦਾਰ ਦਾ ਆਦੇਸ਼ ਵੀ ਹੁੰਦਾ ਹੈ ਕਿ ਜਿੰਨੇ ਸੰਤ ਮਹਾਂਪੁਰਖ ਹਨ ਸਾਰੇ ਪੰਜਾਬ 'ਚੋਂ ਸਾਰੇ ਮਹਾਂਪੁਰਖ ਸੰਗਤ ਨੂੰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਆਓ ਔਰ ਦਰਸ਼ਨ ਕਰੋ ਔਰ ਅੰਮ੍ਰਿਤ ਸਰੋਵਰ ਵਿੱਚ ਮਹਾਂਪੁਰਖ ਆਪ ਵੀ ਅਤੇ ਸੰਗਤਾਂ ਵੀ ਇਸ਼ਨਾਨ ਕਰਨ, ਜਿਸ ਤੋਂ ਦੁਨੀਆਂ ਨੂੰ ਪ੍ਰੇਰਨਾ ਮਿਲੇ ਕਿ ਇਕੱਲਾ ਦਰਸ਼ਨ ਨਹੀਂ ਕਰਨ ਜਾਣਾ, ਇਸ ਅੰਮ੍ਰਿਤ ਸਰੋਵਰ ਵਿੱਚ ਅਸੀਂ ਇਸ਼ਨਾਨ ਵੀ ਕਰਨਾ। ਔਰ ਦੁਨੀਆਂ ਵਿੱਚ ਇੰਨਾ ਸੁਖਾਲਾ ਧਰਮ ਤੁਹਾਨੂੰ ਕਿਤੇ ਨਜ਼ਰ ਨਹੀਂ ਆਏਗਾ ਕਿ ਬੰਦੇ ਦੇ ਪਾਪ ਇੱਕ ਮਿੰਟ ਵਿੱਚ ਬਖਸ਼ੇ ਜਾਣ। ਉਹ ਇੱਕੋ ਇੱਕ ਅੰਮ੍ਰਿਤ ਸਰੋਵਰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼੍ਰੀ ਹਰਿਮੰਦਰ ਸਾਹਿਬ ਹੈ, ਜਿਸ ਸਰੋਵਰ ਵਿੱਚ ਇੱਕ ਚੁੱਭਾ ਲਾਉਣ ਦੇ ਨਾਲ ਹੀ ਸਾਰੇ ਪਾਪ ਮਿਟ ਜਾਂਦੇ ਆ, ਸਾਰੇ ਪਾਪ ਬਖਸ਼ੇ ਜਾਂਦੇ ਆ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਆ ਜਿਹੜੇ ਥੋਕੇ ਦਾਅਵੇ ਕਰਦੇ ਆ ਆਖੇ ਅਸੀਂ ਪ੍ਰੇ ਕਰਾਂਗੇ ਪ੍ਰਾਰਥਨਾ ਕਰਾਂਗੇ ਤੁਹਾਡੇ ਪਾਪ ਬਖਸ਼ੇ ਜਾਣਗੇ, ਪਰ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਤੈਨੂੰ ਪ੍ਰਾਰਥਨਾ ਕਰਨ ਦੀ ਪ੍ਰੇ ਕਰਨ ਦੀ ਲੋੜ ਨਹੀਂ, ਤੂੰ ਕੇਵਲ ਗੁਰੂ ਰਾਮਦਾਸ ਜੀ ਦੇ ਸਰੋਵਰ ਵਿੱਚ ਆ ਕੇ ਚੁੱਭਾ ਹੀ ਲਾ ਲੈ, ਤੇਰੇ ਸਾਰੇ ਪਾਪ ਮਿਟ ਜਾਣਗੇ। ਸੋ ਖਾਲਸਾ ਜੀ ਆਪਾਂ ਅੰਮ੍ਰਿਤ ਸਰੋਵਰ ਦੇ ਦਰਸ਼ਨ ਵੀ ਕਰਨੇ ਔਰ ਇੱਥੇ ਇਸ਼ਨਾਨ ਵੀ ਕਰਨਾ। ਵੱਡੇ ਵੱਡੇ ਰੋਗੀਆਂ ਦੇ ਰੋਗ, ਸੋਗੀਆਂ ਦੇ ਸੋਗ ਇਸ ਅੰਮ੍ਰਿਤ ਸਰੋਵਰ ਦੀ ਸ਼ਕਤੀ ਨਾਲ ਦੂਰ ਹੋਏ ਹੈ। ਸੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਜਿੰਨੀ ਵੀ ਬਾਣੀ ਪੜ੍ਹੋਗੇ ਗੁਰਬਾਣੀ ਪੜ੍ਹਨ ਨਾਲ ਸਰੀਰਕ ਸੁੱਖ, ਸੰਸਾਰਕ ਸੁੱਖ, ਮਾਨਸਿਕ ਸੁੱਖ ਵੀ ਪ੍ਰਾਪਤ ਹੁੰਦੇ ਹੈ ਔਰ ਸਰੀਰਕ ਦੁੱਖ ਵੀ ਮਾਨਸਿਕ ਦੁੱਖ ਵੀ ਇਹ ਸਾਰੇ ਗੁਰਬਾਣੀ ਦੀ ਕਿਰਪਾ ਨਾਲ ਕੱਟੇ ਵੀ ਜਾਂਦੇ ਹੈ, ਦੂਰ ਵੀ ਹੁੰਦੇ ਹੈ। ਇਸ ਕਰਕੇ ਮੇਰਾ ਵਾਹਿਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵ ਹੈ ਕਾਟੇ ਜਮਕੀ ਫੰਦਾ। ਸੋ ਮੈਂ ਇਹ ਬੇਨਤੀ ਕਰਨੀ ਹੈ ਖਾਲਸਾ ਜੀ ਤੁਹਾਡੇ ਗੁਰਸਿੱਖੀ ਧਰਮ ਉੱਤੇ ਦੂਜੇ ਦੁਨੀਆਂ ਦੇ ਧਰਮ ਅੱਜ ਮਾਣ ਕਰਦੇ ਹੈ, ਤੁਹਾਡੀ ਇੱਕ ਇੱਕ ਪਰੰਪਰਾ ਦੀ ਅੰਸ ਲੈ ਕੇ ਦੂਜੇ ਧਰਮਾਂ ਨੇ ਦੁਨੀਆਂ ਦੇ ਵਿੱਚ ਆਪਣਾ ਨਾਮ ਰੋਸ਼ਨ ਕੀਤਾ, ਤੁਹਾਡੇ ਕੋਲ ਸ਼ਾਨਾ ਮੱਤਾ
बहुत वड़ा सुनहरी इतिहास है, शाना मत्ता सिखी दियां परंपरावां हन। ते फिर आपां एडा वड़ा सिखी धर्म छड के कुराहे तुरे जाइए तां साडे नालों मंदभागा जीव होर कोई नहीं हो सकता। और नाल मैं बेनती ये भी करनी चाहुंदा कि जिन्नी पंजाब दी नौजवान पीढ़ी है, ये सारी पीढ़ी नूं प्रेरणा दे के नशियां तो बचाइए, साबत सूरत केस रखाइए, गुरसिखी नाल जोड़िए। एक एक माई भाई ये फैसला लवे कि मैं एक सिख दे केस रखावांगा, एक दा नशा छुटावांगा, एक नूं प्रेरणा दे के अमृत छकावांगा, तो पंजाब दी धरती ते कोई ऐसा नगर ऐसा घर नहीं रह सकता जिस दे घर विच सिखी दा बूटा ना लगे। सो इसलिए आपां इधर भी पूरा ध्यान देना है। और अगली बेनती है, सिख पंथ उत्ते जिन्ने भी मारू हमले हो रहे हैं, ये अज तो नहीं, धन गुरु नानक साहब जी दे समय ते भी हुकूमतां ने गुरु घर ते हमले किए है, और दस गुरु साहिबाना दे समय भी धन गुरु अर्जन देव जी नूं शहीदियां भी देनियां पईयां, नौवें पातशाह जी नूं भी दसम पिता जी नूं सारा सरबंस कुर्बान करना पिया। इसलिए मैं बेनती करांगा तुहाडे चरणां विच कि अज दियां हुकूमतां, अज दुनिया भर दियां एजेंसियां सिखां दे उत्ते बड़ी गहरी अख रखदियां कि इस कौम नूं हर पक्ष तों ढा लाई जावे। पर आपां धन गुरु नानक साहब दा जो पंजा लगा है उस दा आसरा लैके, गुरबाणी रूप पंजे दा आसरा लैके दुश्मन दी हर शक्ति दा, दुश्मन दी हर मारू जो हमला किया जा रहा उस दा मूंह तोड़ जवाब देने लई तत्पर होना है। अगली बेनती मैं एक होर करनी चाहना कि अज दे इस पंथक इकट्ठ दे विच अत जरूरी बेनती है, खालसा जी, श्रोमणी अकाली दल, श्रोमणी कमेटी, सिख पंथ दियां कवाहद ऐसियां जथेबंदियां हन, 100 साल तो उत्ते इन्हां दी स्थापती नूं होया, इन्हां जथेबंदियां ने कौम लई बहुत वड्डी सेवा कीती है, बहुत वड्डे वड्डे संघर्षां दा सामना कीता है। अज श्रोमणी अकाली दल नूं भी खत्म करन वास्ते बहुत साजिशां रचियां जा रहियां, श्रोमणी कमेटी नूं भी खत्म करन वास्ते बड़ियां चालां तैयार कीतियां जा रहियां कि सिखां दियां इह महान जथेबंदियां जिहड़ियां श्री अकाल तख्त साहिब जी दे मरकज दे अधीन हो के कौम दी अगवाई कर रहियां, कि जथेबंदियां नूं तहश नहश कर दिता जाए। खालसा जी, जदों कौम दियां जथेबंदियां बिखर जांदियां, कौम बिखर जांदी है, उदों कौमां दा पतन होण लग्यां देरी नहीं लगदी, कौमां दा पतन निश्चित हो जांदा है। इसलिए आपां इक मैं बेनती करांगा कि अकाली दल विच बैठ के भी साडे अपने भरा ही, साडे कुछ आगू ही अज अकाली दल नूं ढा लाउण वास्ते मनसूबे घड़ी जांदे है। मेरी बेनती है, तुहाडे गिले शिकवे हो सकदे है, मैं प्रधान साहब नूं बेनती करांगा कि निम्रता दा पल्ला पकड़ के जेड़े वीर साडे नाल किसे गल्लों रोसे गिले जेड़े उन्हां दे मनां विच है, आगू दी जिम्मेवारी हुंदी है कि उन्हां दे गिले शिकवे दूर करे और उन्हां नूं गलवकड़ी विच लै के कौम ते पंथ दी बेहतरी लई बहुत वड्डे कार्ज करन वाले है। बड़ी हैरानगी हुंदी है जिस पंथ दियां ना जथेबंदियां ने अंग्रेजां दी सरकार तक दियां गोडनियां लवा दित्तियां, अज हिंदुस्तान दी सरकार तुहाडे सामने आकी होई बैठी है कि एक बंदी सिंघां दी रिहाई करन दा मसला जो मनुखी अधिकारां दे अनुसार भी जायज है और कानून दी नज़र दे विच भी जिन्हां ने अपनियां सजावां तों बहुत ज़्यादा लम्मा समां जेलां कट्टियां काल कोठड़ियां विच बैठे है और तानो जोधे है जिन्हां ने अपना सिदक नहीं हारिया, एक भी बंदी सिंह दा कोई बयान दिखा दो दुनिया विच कि किसे ने अपने सिदक तों डोलिया होवे, किसे ने दुश्मन दी ईन मन्नी होवे, कोई घबराया होवे। मैं उन्हां गुरसिखां नूं बंदी सिंघां नूं नमस्कार करदा।
धन तुहाडा सिदक धन तुहाडा जेरा धन गुरसिखो तुहाडी कुरबानिया तुसी एडा वड्डा अडोल दृढ़ता वाला कदम चुकिया होया दुनिया नूं दस दिता कि सिख बत्ती बत्ती तीह तीह साल जेड़ा विच रह के भी अपने अकीदे तो पिछे नहीं हटदे अपने भरोसे तो नहीं डोलदे पर समय की जाबर हुकूमत वादे करके भी साडे बंदी सिंघां नूं रिहा नहीं कर रही। सो खालसा जी असी कौम लई वड्डे संघर्ष लड़े आ। मैं बेनती करांगा श्रोमणी अकाली दल नूं श्रोमणी कमेटी नूं और श्रोमणी कमेटी दे प्रधान सरदार हरजिंदर सिंह जी धामी समुचा संत समाज निहंग सिंह जथेबंदियां दुनिया भर दे सिख खालसा जी एक बारी लकीर खिचो सेंटर दे नाल कि जां तां बंदियां दी तरह साडे सिंघां नूं रिहा करो नहीं छड्डना तां दिल्ली दी इट नाल इट खड़का देंगे असीं। जिस दिन तुसी लकीर खिच लई दुनिया भर का सिख आके संघर्ष विच तुहाडा साथ देगा। घबराउण दी लोड़ नहीं गुरु का आसरा लैके तुरो चढ़दी कला होएगी आपां अपने सिंघां नूं रिहा करवाइए। अगली बेनती मैं ये भी करनी चाहना कि साडे अपने प्रधान नाल बहुत मतभेद हो सकते हैं पर रोज रोज कौमां दे विच जथेबंदियां दे आगू बनाउण लग्यां भी बड़ा समां लगदा उन्हां दियां स्थापतियां करन लई भी बड़े संघर्ष होंदे है और आगू दे उत्ते भी जथेबंदी दा बहुत वड्डा जिम्मेवारी दा भार हुंदा। इस लई आपां डट के एक मुठ हो के अपने आगूआं दा साथ दिओ और आपां एकता दी लड़ी विच प्रो के औखे समें विच जे इकट्ठे हो के चलांगे तां ही हर खेत्र विच सानू सफलता प्राप्त होएगी। सो इस लई एक मुठ हो के सारे अकाली दल दे वर्कर जिन्ने एक लड़ी विच अपने आप नूं प्रो के अपने आगू दा अपने प्रधान दा अपने आगूआं दा सन्मान भी और उन्हां दी आग्या दे विच भी चलीए। सानू बड़े लंबे समय बाद श्रोमणी कमेटी दा इहो जिहा प्रधान सरदार हरजिंदर सिंह धामी वर्गा एक त्यागी गुरसिख नितनेमी गुरसिख पंथ नूं समर्पित जिस सिख ने साध संगत जी मैं अमेरिका विच गया उत्थे बहुत सिंह मिले उन्होंने गल कही कि एक सरदार हरजिंदर सिंह धामी सी जिन्हें एडवोकेट के पेशे विच रहिंदिया होया साडे केस फ्री लड़े कदे एक पैसा नहीं लिया साडे केस जिते सानू रिहा करवाया। इहो जिहा त्यागी धर्मी गुरसिख बंदा बार बार नहीं इहो जिहियां संस्थावां नूं मिलदा। सो मेरी बेनती है कि इहो जिहे आगू बड़े लंबे समय बाद मिलदे है जो भी कौम दे विच इस वक्त निराशा सानू नजर आ रही है यह निराशा ताई दूर होएगी जे जथेदार अकाल तख्त की अगवाई विच श्रोमणी कमेटी का प्रधान श्रोमणी अकाली दल का प्रधान सारा संत समाज असी एक मत होके चलांगे आपां अपनी कौम विचों निराशा दे जिहड़े बदल छाए उन्हां नूं परे करिए जो बदल ये मंडरा रहे हैं इन्हां नूं तुहाडी एकता दा तीर इक खिन दे विच ही लांभे कर देगा। सो लोड़ आपां एक मुठ हो के कौम लई पंथ लई चढ़दी कला वाले कार्ज करिए और पंथक सिधांतां उत्ते पंथक लीहां उत्ते भी आपां इहो जिहा प्रोग्राम दईए कि सारा अकाली दल जे पिछले समय जीव भुलण हार है भुलां गलतियां इह नहीं भी होईआं नहीं होईआं इस गल नूं स्वीकार सारे करदे है जे नहीं कीता करना चाहीदा पर फिर स्वीकार करन तों बाद साध संगत जी इत्थे एक गल मैं कहनी चाहुंना दमदमी टकसाल दे 11वें मुखी संत बाबा सुंदर सिंह जी भिंडरां वाले उह क्या करदे रहना भी अपणिआं नाल है लड़ना भी अपणिआं नाल है औखे टाइम च अपणिआं दा साथ नहीं कदे छड्डणा जिहड़ा बंदा अपना औखियां दा अपणिआं दा औखे समें विच साथ छड्ड दिंदा उह बंदा दुनिया विच सिर उच्चा करके नहीं तुर सकदा। संत बाबा जरनैल सिंह जी खालसा भिंडरां वाले किन्ना वड्डा इत्थे संघर्ष लड़िया मैं गल कहनी चाहुंना खालसा जी आगूआं नाल मतभेद जरूर हुंदे सन
ਆਗੂਆਂ ਦੀਆਂ ਟਲਿਆਈਆਂ ਲਈ ਉਹਨਾਂ ਨੂੰ ਤਾੜਨਾ ਵੀ ਸੰਤ ਬੇਬਾਕੀ ਨਾਲ ਕਰਦੇ ਸਨ ਪਰ ਕਦੇ ਅਕਾਲੀ ਦਲ ਦੇ ਖਿਲਾਫ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਇੱਕ ਵੀ ਸਟੇਟਮੈਂਟ ਨਹੀਂ ਅਕਾਲੀ ਦਲ ਦੇ ਖਿਲਾਫ ਸੰਤ ਬਾਬਾ ਜਰਨੈਲ ਸਿੰਘ ਜੀ ਇੱਕ ਕਦਮ ਵੀ ਨਹੀਂ ਉਹਨਾਂ ਨੇ ਚੁੱਕਿਆ ਔਰ ਨਾ ਸ਼੍ਰੋਮਣੀ ਕਮੇਟੀ ਦੇ ਖਿਲਾਫ ਆਗੂਆਂ ਨੂੰ ਤਾੜਨਾ ਕਰਦੇ ਰਹੇ ਪਰ ਪੰਥ ਦੀਆਂ ਨਾ ਦੋ ਜਥੇਬੰਦੀਆਂ ਨੂੰ ਬਚਾਉਣ ਲਈ ਉਹਨਾਂ ਨੇ ਸ਼ਹੀਦ ਹੋਣ ਤੱਕ ਆਪਣੀ ਪੂਰੀ ਜਦੋਜਹਿਦ ਲਾ ਕੇ ਰੱਖੀ ਹੈ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਐਮਰਜੈਂਸੀ ਵੇਲੇ 36 ਨਗਰ ਕੀਰਤਨ ਜਲੂਸ ਕੱਢ ਕੇ ਔਖੇ ਸਮਿਆਂ ਵਿੱਚ ਅਕਾਲੀ ਦਲ ਨੂੰ ਮਜ਼ਬੂਤੀ ਦਿੱਤੀ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੇ ਅਕਾਲ ਤਖਤ ਦੀ ਸੇਵਾ ਦੌਰਾਨ ਕਦੇ ਵੀ ਸਾਧ ਸੰਗਤ ਜੀ ਨਾਲ ਮਾਣ ਮੱਤੀਆਂ ਸੰਸਥਾਵਾਂ ਦਾ ਸਾਥ ਨਹੀਂ ਛੱਡਿਆ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਵੀ ਔਰ ਅੱਜ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਸ਼੍ਰੋਮਣੀ ਕਮੇਟੀ ਨਾਲ ਚਟਾਨ ਵਾਂਗੂ ਖੜੇ ਹਾਂ ਔਰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਸਾਡਾ ਰੋਮ ਰੋਮ ਚੁੱਕਦਾ ਔਰ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਐਵੇਂ ਨਾ ਡਰ ਜਿਆ ਕਰੋ ਦੋ ਚਾਰ ਬੰਦੇ ਵਿਰੋਧੀ ਰੌਲਾ ਪਾਉਂਦੇ ਹੀ ਪਾਉਂਦੇ ਹੈ ਵਿਰੋਧੀਆਂ ਨੇ ਵਿਰੋਧ ਕਰਨਾ ਆਪਣਾ ਕੰਮ ਹੈ ਵਿਰੋਧ ਨੂੰ ਝੱਲ ਕੇ ਅੱਗੇ ਜਾਣਾ ਥੋੜੀ ਜਿਹੀ ਗੱਲ ਵਿੱਚ ਨਾ ਘਬਰਾ ਜਾਇਆ ਕਰੋ ਏਕਤਾ ਰੱਖੋ ਔਰ ਚੜ੍ਹਦੀ ਕਲਾ ਨਾਲ ਆਪਣੀ ਜਥੇਬੰਦੀ ਦੀ ਸੇਵਾ ਕਰੋ ਆਪਣੇ ਆਗੂਆਂ ਦਾ ਡਟ ਕੇ ਸਾਥ ਦਿਓ ਇਹ ਬੇਨਤੀਆਂ ਵੀ ਮੈਂ ਨਾਲ ਜ਼ਰੂਰੀ ਕਰਨੀਆਂ ਸਨ ਸਮਾਂ ਭਾਵੇਂ ਮੈਂ ਜ਼ਿਆਦਾ ਲੈ ਗਿਆ ਕਿਉਂਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਸਨਮਾਨਯੋਗ ਸੰਤ ਬਾਬਾ ਬਲਵੀਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਐਡੀਸ਼ਨਲ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਖ ਬਹੁਤ ਸਤਿਕਾਰਤ ਹਸਤੀਆਂ ਅੱਜ ਦੇਖੋ ਕਿੱਡੇ ਵੱਡੇ ਮਹਾਂਪੁਰਖ ਇੱਥੇ ਆਏ ਹੈ ਬਹੁਤ ਵੱਡੀ ਕਿਰਪਾ ਸਤਿਗੁਰੂ ਦੀ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨ ਤਾਰਨ ਸਾਹਿਬ ਵਾਲੇ ਸੇਵਾ ਦੀ ਮੂਰਤ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਅਮੀਰ ਸਿੰਘ ਜੀ ਜਵੱਦੀ ਵਾਲੇ ਔਰ ਇਸ ਤੋਂ ਇਲਾਵਾ ਨਿਰਮਲ ਭੇਖ ਉਦਾਸੀਨ ਭੇਖ ਔਰ ਇਸ ਤੋਂ ਇਲਾਵਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਾਡੀ ਅਗਵਾਈ ਕਰ ਰਹੇ ਹੈ ਔਰ ਅਮੈਰੀਕਾ ਤੋਂ ਉਚੇਚੇ ਤੌਰ 'ਤੇ ਜਥੇਦਾਰ ਬਾਬਾ ਧਰਮ ਸਿੰਘ ਜੀ ਜਿਨ੍ਹਾਂ ਨੇ ਜਦੋਂ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੀ ਅਗਵਾਈ 'ਚ ਹੋਈ ਕਨੇਡਾ ਇੰਗਲੈਂਡ ਅਮੈਰੀਕਾ ਔਰ ਇੱਥੋਂ ਬਹੁਤ ਵੱਡੀ ਇਸ ਮਹਾਂਪੁਰਖ ਨੇ ਸੇਵਾ ਕੀਤੀ ਸ਼ਹੀਦੀ ਯਾਦਗਾਰ ਵਿੱਚ ਗੁਰ ਅਸਥਾਨਾਂ ਵਿੱਚ ਸਾਰਾ ਜੀਵਨ ਪੰਥ ਨੂੰ ਅਤੇ ਦਮਦਮੀ ਟਕਸਾਲ ਨੂੰ ਸਮਰਪਿਤ ਕਰਕੇ ਸੇਵਾ ਕੀਤੀ ਅਤੇ ਕਰ ਰਹੇ ਹੈ ਸੋ ਇਹੋ ਜਿਹੇ ਗੁਰਸਿੱਖ ਇਹੋ ਜਿਹੇ ਮਹਾਤਮਾ ਸਾਡੇ ਵਿੱਚ ਸੁਭਾਏਮਾਨ ਹਨ ਮਹਾਂਪੁਰਖਾਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਜੀ ਸੰਗਤ ਵਿੱਚ ਬੈਠੇ ਹੈ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਸੰਗਤ ਦੇ ਵਿੱਚ ਸੁਭਾਏਮਾਨ ਹਨ ਸੋ ਮੈਂ ਜੇ ਜ਼ਿਆਦਾ ਸਮਾਂ ਲਵਾਂਗਾ ਤਾਂ ਇਹ ਸਾਧ ਸੰਗਤ ਜੀ ਫਿਰ ਬੇਇਨਸਾਫੀ ਹੈ ਦੂਸਰੇ ਬੁਲਾਰਿਆਂ ਲਈ ਮੇਰੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਸਾਰੇ ਮਹਾਂਪੁਰਖਾਂ ਦਾ ਸਿੰਘ ਸਾਹਿਬਾਨਾਂ ਦਾ ਆਗੂਆਂ ਦਾ ਜਿੱਥੇ ਰੋਮ ਰੋਮ ਕਰਕੇ ਧੰਨਵਾਦ ਕਰਦਾ ਉੱਥੇ ਸੰਗਤ ਦਾ ਸਵਾਸ ਸਵਾਸ ਕਰਕੇ ਸ਼ੁਕਰਾਨਾ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਬਾ ਜੀ ਦਾ ਸਨਮਾਨ ਕਰ ਰਹੇ ਹਨ ਪ੍ਰਧਾਨ ਸਾਹਿਬ ਤੇ ਜਥੇਦਾਰ ਅਕਾਲ ਤਖਤ ਸਾਹਿਬ ਬੋਲੇ ਸੋ ਨਿਹਾਲ ਹੁਣ ਮੈਂ ਬੇਨਤੀ ਕਰਾਂਗਾ ਕਿ ਭਾਈ ਕਰਮ ਸਿੰਘ ਜੀ ਦੇ ਪਰਿਵਾਰ ਵਿੱਚੋਂ ਭਾਈ ਗੁਰਜੀਤ ਸਿੰਘ ਜੀ ਉਹਨਾਂ ਦੇ ਪੋਤਰੇ ਸ਼ਹੀਦ ਭਾਈ ਕਰਮ ਸਿੰਘ ਜੀ ਜੋ ਪੰਜਾ ਸਾਹਿਬ ਦੇ ਸਾਕੇ ਵਿਖੇ ਸ਼ਹੀਦ ਹੋਏ ਸਨ ਉਹਨਾਂ ਦੇ ਪੋਤਰੇ ਉਹ ਰਹਿ ਗਏ ਸਨ ਉਹਨਾਂ ਨੂੰ ਪਹਿਲਾਂ ਸਨਮਾਨ ਭਾਈ ਗੁਰਜੀਤ ਸਿੰਘ